ਦਾ ਧੰਨਵਾਦ ਜੀ ਇੱਕੋ ਆਵਾਜ਼ ਤੇ ਜੋ ਅੱਜ ਆਪਾਂ ਇਕੱਠ ਕੀਤਾ ਹੈਗਾ ਜੋ ਆਪਣੇ ਸਮਾਜ ਦੇ ਬੱਚੇ ਨੂੰ ਪਾਣੀ ਇੱਕ ਪਾਣੀ ਵਾਸਤੇ ਜੀ ਲੋਕ ਲੰਗਰ ਲਾਉਂਦੇ ਆ ਸੇਵਾ ਕਰਦੇ ਆ ਪਰ ਉਹਨੂੰ ਪਾਣੀ ਵਾਸਤੇ ਕੁੱਟ ਕੁੱਟ ਕੇ ਮਾਰ ਦਿੱਤਾ ਜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਇਹ ਦੇਖੋ ਆਪਾਂ ਇਕੱਠ ਨਾ ਵਿਖਾਵਾਂਗੇ ਇਕੱਠ ਨਾ ਕਰਾਂਗੇ ਨਾ ਜੀ ਇਹ ਆਪਣੇ ਨਾਲ ਵੀ ਇੱਥੇ ਹੋ ਸਕਦੀ ਹੈ ਸਰ ਮੈਂ ਇਹੀ ਗੱਲ ਕਰਨਾ ਚਾਹੁੰਦਾ ਵੀ ਆਪਣੇ ਸਮਾਜ ਨੂੰ ਸਭ ਨੂੰ ਇਕੱਠੇ ਰਹਿਣਾ ਚਾਹੀਦਾ ਹੈਗਾ ਕਿਸੇ 'ਤੇ ਵੀ ਕੋਈ ਵੀ ਦਿੱਕਤ ਆਉਂਦੀ ਆ ਆਪਾਂ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰੀਏ ਬਾਕੀ ਧੰਨਵਾਦ ਜੀ ਸਭ ਦਾ ਅੱਜ ਤੋਂ ਥੋੜ੍ਹੇ 20 ਦਿਨ ਪਹਿਲਾਂ ਜਿਹੜੀ ਘਟਨਾ ਹੋਈ ਹੈ ਇਹ ਸਾਰਿਆਂ ਨੂੰ ਪਤਾ ਹੀ ਹੈ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਉਹਦੇ ਅਗੇਂਸਟ ਅੱਜ ਅਸੀਂ ਆਪਾਂ ਇਹ ਕੈਂਡਲ ਮਾਰਚ ਕੱਢਿਆ ਹੈ ਤਾਂ ਜੋ ਲੋਕਾਂ ਨੂੰ ਇਸ ਬਾਰੇ ਜਾਗਰੂਕਤਾ ਹੋਵੇ ਪਤਾ ਲੱਗੇ ਵੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਹਜੇ ਲੋਕਾਂ ਨੂੰ ਵਾਕਈ ਹੀ ਪਤਾ ਨਹੀਂ ਅੱਜ ਜੇ ਅਸੀਂ ਕੈਂਡਲ ਕੱਢ ਲਏ ਸੀ ਕੁਛ ਲੋਕ ਪੁੱਛ ਰਹੇ ਸੀਗੇ ਵੀ ਆਹ ਤੁਸੀਂ ਕੀ ਕਰ ਰਹੇ ਹੋ ਕੀ ਹੋ ਗਿਆ ਕੀ ਨਹੀਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਐਡੀ ਵੱਡੀ ਘਟਨਾ ਹੋ ਗਈ ਹੈ ਵੀ ਅੱਜ ਬੱਚਾ ਬੱਚਾ ਜਿਹੜਾ ਰੋ ਰਿਹਾ ਉਸ ਗੱਲ ਨੂੰ ਵੀ ਇਹ ਚੀਜ਼ ਹਜੇ ਵੀ ਜਾਤੀਵਾਦ ਜਿਹੜਾ ਹੈਗਾ ਉਹ ਲੋਕਾਂ ਸਾਹਮਣੇ ਹੈਗਾ ਪਰ ਕਿਸੇ ਲੋਕਾਂ ਨੂੰ ਕੁਛ ਪਤਾ ਵੀ ਨਹੀਂ ਪਰ ਇਸ ਕਰਕੇ ਅੱਜ ਜਿਹੜਾ ਆਪਾਂ ਮੋਰਚ ਕੱਢਿਆ ਹੈ ਇਹਦਾ ਬਹੁਤ ਲੋਕਾਂ ਨੂੰ ਪਤਾ ਲੱਗੇਗਾ ਅਤੇ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਇਹਨਾਂ ਦਾ ਲੇਡੀਜ਼ ਦਾ ਵੀ ਇਹਨਾਂ ਦਾ ਬੱਚਿਆਂ ਦਾ ਵੀ ਬਾਕੀ ਜਿਹੜੇ ਵੀ ਬਜ਼ੁਰਗ ਸਾਡੇ ਨਾਲ ਤੁਰੇ ਨੇ ਅਤੇ ਬੱਚੇ ਤੁਰੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਮੱਧ ਪ੍ਰਦੇਸ਼ ਚਲੇ ਜਾਓ ਯੂਪੀ ਚਲੇ ਜਾਓ ਤੁਸੀਂ ਰਾਜਸਥਾਨ ਚਲੇ ਜਾਓ ਉੱਥੇ ਅਜੇ ਵੀ ਜਿਹੜੇ ਉੱਚ ਜਾਤੀ ਜਿਹੜੇ ਲੋਕ ਹੈ ਉਹ ਹੇਠਲੇ ਜਾਤੀ ਨਾਲ ਅੱਜ ਵੀ ਉਹ ਬਰਾਬਰਤਾ ਨਹੀਂ ਸਮਝਦੇ ਉਹਨਾਂ ਅੱਜ ਵੀ ਹੇਠ ਕਰਦੇ ਆ ਅਤੇ ਜਿਹੜਾ ਤੁਸੀਂ ਅੱਜ ਮਾਰਚ ਕੀਤਾ ਹੈ ਲਾਜ਼ਮੀ ਤੌਰ 'ਤੇ ਸਾਨੂੰ ਕਰਨਾ ਚਾਹੀਦਾ ਕਿਸੇ ਨਾਲ ਵੀ ਕਦੇ ਵੀ ਕੋਈ ਧੱਕਾ ਹੁੰਦਾ ਹੈ ਉਹਦੇ ਖਿਲਾਫ਼ ਜੇ ਅਸੀਂ ਨਹੀਂ ਬੋਲਾਂਗੇ ਤਾਂ ਇਹ ਜਿਹੜੇ ਲੋਕ ਅੱਤਿਆਚਾਰ ਕਰਦੇ ਉਹਨਾਂ ਨੂੰ ਹੋਰ ਅੱਗੇ ਵਧਣਾ ਇਸ ਕਰਕੇ ਜਿਹੜਾ ਤੁਸੀਂ ਅੱਜ ਮਾਰਚ ਕੀਤਾ ਅਸੀਂ ਪਹਿਲਾਂ ਵੀ ਕੀਤਾ ਮੈਂ ਤਾਂ ਅੱਜ ਆਇਆ ਸੀ ਡਾਕਟਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਸਾਨੂੰ ਪਿੰਡ ਵਾਲਿਆਂ ਨੂੰ ਇੱਦਾਂ ਦਾ ਕੋਈ ਪ੍ਰੋਟੈਸਟ ਮਾਰਚ ਕਰਨਾ ਚਾਹੀਦਾ ਵੀ ਤਾਂ ਜਿਹੜੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਕਿਸੇ ਸਮਾਜ ਵੱਲੋਂ ਜਾਂ ਸਰਕਾਰਾਂ ਵੱਲੋਂ ਉਹਦੇ 'ਤੇ ਨੱਸ ਪਏ ਬਸ ਇੰਨੀ ਗੱਲ ਕਹੂੰਗਾ ਕਿ ਇਹ ਵੀ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਪਰਿਵਾਰ ਨੂੰ ਜੋ ਮੁਆਵਜ਼ਾ ਹੈ ਜੋ ਮੰਗ ਕਰਦੇ ਉੱਥੋਂ ਦੀ ਬਰਾਦਰੀ ਵੱਲੋਂ ਤੁਹਾਡੇ ਵੱਲੋਂ ਜੋ ਇੱਕ ਸੰਸਥਾ ਬਣੀ ਹੈ ਜੋ ਵੀ ਮੰਗ ਕਰਦੇ ਹੈ ਉਹਨੂੰ ਮੁਆਵਜ਼ੇ ਦਿੱਤਾ ਜਾਵੇ ਅਤੇ ਜਿਹੜਾ ਅਪਰਾਧੀ ਜਿਹੜਾ ਵੀ ਟੀਚਰ ਹੈ ਜੋ ਵੀ ਹੈ ਉਹਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਵਾਸਤੇ ਵੀ ਲੋਕਾਂ ਨੂੰ ਨੁਕਸਾਨ ਹੋ ਜਾਣ ਅਤੇ ਜਿਸ ਪਰਿਵਾਰ ਨੇ ਘਟਨਾ ਵਾਪਰੀ ਹੈ ਉਹਨੂੰ ਇਨਸਾਫ਼ ਮਿਲੇ ਜਿਹੜੇ ਵੀ ਨੇ ਸਾਥੀਆਂ ਨੇ ਸਾਡਾ ਸਾਥ ਦਿੱਤਾ ਇਸ ਵਿੱਚ ਤਾਂ ਸਾਰਿਆਂ ਦਾ ਸਭ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਜਿਹੜਾ ਆਪਣੇ ਨਾਲ ਕਿਸੇ ਵੀ ਆਪਣੇ ਭਾਈ ਬੰਧੂ ਕਿਸੇ ਨਾਲ ਵੀ ਇਸ ਤਰ੍ਹਾਂ ਹੁੰਦਾ ਤਾਂ ਉਹਦਾ ਮਤਲਬ ਕਿ ਉਹਦਾ ਸਾਥ ਦੇਣਾ ਅਤੇ ਇਸੇ ਤਰ੍ਹਾਂ ਆਪਣੇ ਮਤਲਬ ਕਿ ਇਕੱਠੇ ਹੋ ਕੇ ਜੁੜ ਕੇ ਰਹਿਣਾ ਤਾਂ ਜੋ ਮਤਲਬ ਕਿ ਕਿਸੇ ਆਪਣੇ ਭਰਾ ਨਾਲ ਇਹ ਅਜਿਹਾ ਨਾ ਹੋਵੇ ਅਜਿਹੀ ਘਟਨਾ ਦੁਬਾਰਾ ਤੋਂ ਨਾ ਵਰਤੇ।